ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਨਵਾਂ ਕਿਲ੍ਹਾ, ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਅਤੇ ਫਰੀਦਕੋਟ ਦੇ ਬਿਲਕੁਲ ਨੇੜ ਦਾ ਇਹ ਪਿੰਡ ਹੈ। ਫਰੀਦਕੋਟ ਤੋਂ ਸੁਖਨ ਵਾਲੇ ਨੂੰ ਜਦੋਂ ਜਾਂਦੇ ਹਾਂ ਦੋਸਤੋ, ਸੀਰ ਵਾਲੀ ਭੰਗੇ ਵਾਲਾ ਇਸ ਸਾਈਡ ਦੇ ਉੱਤੇ ਇਹ ਪਹਿਲਾ ਪਿੰਡ ਆਉਂਦਾ ਅਤੇ ਮਸਾਂ 4 ਕਿਲੋਮੀਟਰ ਫਰੀਦਕੋਟ ਤੋਂ ਇਹ ਪਿੰਡ ਹੈ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ, ਬਾਈ ਵਪਾਰ ਦਾ ਕੰਮ ਕਰਦਾ ਅਤੇ ਇਹਦੇ ਕੋਲ ਰੂਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ। ਅੱਜ ਦੀ ਵੀਡੀਓ 'ਚ ਸਾਹਮਣੀ ਗਾਂ ਬਾਈ ਨੇ ਵਿਕਾਊ ਕੀਤੀ ਆ, ਆਪਾਂ ਇਹਦੇ ਸੰਬੰਧੀ ਗੱਲਬਾਤ ਕਰਾਂਗੇ। ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ, ਜਿਹਨੂੰ ਪਸੰਦ ਆਜੂਗੀ ਵੈਡ ਉਹ ਵੀਰ ਆ ਕੇ ਤਸੱਲੀ ਕਰ ਸਕਦਾ। ਨੰਬਰ ਸਕਰੀਨ ਉੱਤੇ ਜਿਹੜਾ ਉਹ ਵੀਰ ਦਾ ਚੱਲਦਾ ਰਹਿਣਾ। ਜਗ੍ਹਾ ਥੋੜ੍ਹੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ, ਸਿਰਫ 1 ਮਿੰਟ ਤੁਹਾਡਾ ਲੈਣਾ ਦੋਸਤੋ। ਇਸ ਸਾਈਡ 'ਤੇ ਬਾਈ ਨੇ ਖੁਰਨੀ ਬਣਾਤੀ ਹੈ ਅਤੇ ਥੱਲੇ ਇਹ ਫਰਸ਼ ਲੱਗ ਗਈ ਹੈ ਇਸ ਸਾਈਡ ਦੇ ਉੱਤੇ, ਜਿੱਥੇ ਪਸ਼ੂ ਪੱਠੇ ਖਾਣਗੇ। ਹਾਲਾਂਕਿ ਮੈਟ ਲਾਤੇ ਆ ਵੀ ਇੱਥੇ ਬੈਠੇ ਵੀ ਰਹਿਣ ਪਸ਼ੂ, ਪਰ ਇਸ ਸਾਈਡ ਦੇ ਉੱਤੇ ਜਗ੍ਹਾ ਫੇਰ ਬਚ ਗਈ ਹੈ। ਉੱਪਰ ਜਿਹੜੀ ਛੱਤ ਆ ਉਹ ਵੀ ਧਿਆਨ 'ਚ ਕਰ ਲਿਓ, ਆਰਜੀ ਕਾਨਿਆਂ ਦੀ ਛੱਤ ਹੈ, ਖਰਚਾ ਘੱਟ ਹੁੰਦਾ। ਅਤੇ ਦੂਜੀ ਗੱਲ, 4 ਚਪੇਰਾ ਹੀ ਬਾਈ ਨੇ ਇੱਥੋਂ ਖੁੱਲ੍ਹਾ ਛੱਡਤਾ। ਮੇਰਾ ਦਿਲ ਮੰਨਦਾ ਵੀ ਪੂਰੀ ਗਰਮੀ ਦੀ ਰੁੱਤ 'ਚ ਵੀ ਤੁਸੀਂ ਇੱਥੇ ਆ ਕੇ ਆਪ ਵੀ ਬਹਿ ਜਾਓਗੇ ਤਾਂ ਤੁਹਾਨੂੰ ਗਰਮੀ ਨਹੀਂ ਮਹਿਸੂਸ ਹੋਣੀ, ਕਿਉਂਕਿ ਹਵਾ ਹਮੇਸ਼ਾ ਕਰੋਸਿੰਗ ਭਾਲਦੀ ਹੈ ਅਤੇ ਜਿੱਥੇ ਕਰੋਸਿੰਗ ਆ ਉੱਥੇ ਹਵਾ ਜਿਹੜੀ ਉਹ ਵਗਦੀ ਰਹਿੰਦੀ ਹੈ, ਉੱਥੇ ਲੱਗਦੀ ਰਹਿੰਦੀ ਹੈ। ਸੋ ਮੇਨ ਗੱਲਬਾਤ ਦੋਸਤੋ ਇਸ ਵੈਡ ਬਾਰੇ, ਇਸ ਗਾਂ ਬਾਰੇ ਆਓ ਜਾਣਕਾਰੀ ਬਾਈ ਤੋਂ ਲਈਏ। ਡਿਪਟੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਸਾਹਿਬ। ਡਿਪਟੀ ਬਾਈ, ਅੱਜ ਆਪਾਂ ਇੱਕ ਗਾਂ ਦਿਖਾ ਰਹੇ ਹਾਂ, ਇਹਦੇ ਨਾਲ ਇੱਕ ਹੋਰ ਵੈਡ ਬੈਠੀ ਹੈ, ਉਹਦਾ ਸੌਦਾ ਹੋ ਗਿਆ? ਹਾਂ ਹੋ ਗਿਆ, 2 ਦੰਦ ਵੱਛੀ ਸੀਗੀ। ਠੀਕ ਹੈ, ਉਹ ਤਾਂ ਹੁਣ ਵਿਖਾਉਣ ਦੀ ਨਹੀਂ ਲੋੜ ਆਪਾਂ ਨੂੰ, ਜਦੋਂ ਸੌਦਾ ਹੋ ਗਿਆ। ਸਹੀ ਹੈ। ਅੱਛਾ, ਜਿਹੜੀ ਗਾਂ ਵੇਚਣ ਲੱਗੇ ਹੋ, ਕਿੰਨਵਾਂ ਸੂਆ ਸੂਈ ਹੈ? ਇਹ ਦੂਜਾ ਸੂਆ ਸੂਈ ਹੈ ਜੀ। ਕਦੋਂ ਕਦੀ ਸੂਈ ਹੈ ਇਹ? ਕੱਲ੍ਹ ਸਵੇਰੇ ਸੂਈ ਹੈ, ਅਤੇ ਪਹਿਲੇ ਸੂਏ ਦਾ 32-33 ਕਿਲੋ ਦੁੱਧ ਦੱਸਿਆ ਉਹਨਾਂ ਨੇ ਆਪਾਂ ਨੂੰ। ਠੀਕ ਹੈ, ਅਤੇ ਇਹਦਾ ਮਤਲਬ ਕੱਲ੍ਹ ਕਰਕੇ ਆਪਾਂ ਚੋਇਆ ਸੀ 10 ਕਿਲੋ ਬੋਲਾ ਅਤੇ 8-9 ਕਿਲੋ ਸ਼ਾਮ ਨੂੰ ਸੀਗਾ। ਠੀਕ ਹੈ, ਹਜੇ ਮਤਲਬ ਖਾਲੀ ਪੂਰੀ, ਕੱਲ ਸ਼ਾਮ ਥੋੜੇ ਛੱਡਿਆ ਸੀ। ਅੰਦਾਜ਼ਾ 20 ਕਿਲੋ ਤੋਂ ਸਟਾਰਟਿੰਗ ਹੋ ਗਈ, 20 ਕਿਲੋ ਬੋਲੇ ਤੋਂ ਸਟਾਰਟ ਹੋਈ ਜੀ। ਬੱਚਾ ਕੀ ਦਿੱਤਾ ਇਹਨੇ? ਇਹਨੇ ਬੱਚਾ ਦਿੱਤਾ। ਕੀ ਰੇਟ ਰਹਿਣਾ ਇਹਦਾ ਡਿਪਟੀ ਬਾਈ? ਇਹਦਾ 1-30 ਹੈ ਜੀ। 1,30,000 ਹੈ ਖੋਲੀ ਨੂੰ। ਸੋ ਦੋਸਤੋ ਰੇਟ 1,30,000 ਹੈ ਸੂਆ ਦੂਜਾ। ਬਾਈ ਕਹਿੰਦਾ ਵੀ ਇਹ ਕੱਲ੍ਹ ਹੀ ਸੂਈ ਹੈ, 18 ਕਿਲੋ ਵਾਂਗੂ ਕੱਲ੍ਹ ਕੱਲ੍ਹ ਚੋਲਿਆ ਸੀ, ਪਰ ਹਵਾਨੇ 'ਚ ਬਾਈ ਕਹਿੰਦਾ ਵੀ ਕੁਛ ਦੁੱਧ ਇਹਦੇ ਛੱਡਿਆ ਹੋਇਆ। ਢਾਂਚਾ ਇਹਦਾ ਚੰਗਾ ਦਿਸਦਾ, ਹਵਾਨਾ ਇਹਦਾ ਚੰਗਾ ਤਿਆਰ ਹੈ, ਸਟਰਕਚਰ ਤੁਸੀਂ ਇਹਦਾ ਸਾਹਮਣੇ ਦੇਖ ਸਕਦੇ ਹੋ। ਬਾਕੀ ਦੁੱਧ ਜਿਹੜਾ ਉਹ ਤੁਸੀਂ ਚੋ ਕੇ ਦੇਖ ਲੈਣਾ। ਥਣ ਹੱਥੀਂ ਚਵਾਈ ਵਾਲਾ, ਉਹ ਬਿਲਕੁਲ ਤਾਜ਼ੀ ਸੂਈ ਵੀ ਇਹ ਗਾਂ ਦੱਸੋ ਵਿਕਰੀ ਵਾਸਤੇ ਹੈ। ਇੱਕ ਹੀ ਨਾਗਾ ਵਿਕਰੀ ਵਾਲਾ, ਦੂਜੀ ਵੈੜ ਜਿਹੜੀ ਉਹ ਵਿਕੀ ਹੋਈ ਹੈ। ਤੋ ਇਹ ਗਾਂ ਦੱਸੋ ਤੁਸੀਂ ਖੁੱਲ੍ਹੀ ਫਿਰਦੀ ਦੇਖੋ ਇੱਕ ਵਾਰ, ਸੋਹਣਾ ਹਵਾਨਾ ਦਿਖਾਉਂਦੀ ਹੈ, ਥਣ ਦਾ ਸਾਈਜ਼ ਚੰਗਾ, ਹੱਥੀਂ ਚਵਾਈ ਵਾਲਾ ਥਣ ਦਿਸਦਾ। ਬਾਕੀ ਢਾਂਚਾ ਤੁਹਾਡੇ ਸਾਹਮਣੇ ਹੈ, ਤੋਰ ਤੋਰ ਇਹਦੀ ਤੁਸੀਂ ਦੇਖ ਸਕਦੇ ਹੋ। ਦੱਸੋ ਇਹਦਾ ਰੁੱਖ ਹੈ। ਸੋ ਇੱਕ ਵਾਰ ਫਿਰ ਤੁਸੀਂ ਇਹਨੂੰ ਦੇਖ ਸਕਦੇ ਹੋ। ਸੋ ਅੱਜ ਦੀ ਵੀਡੀਓ ਦਾ ਇੱਕ ਹੀ ਨਾਗ ਸੀਗਾ ਵਿਕਾਊ, ਜਿਹਨੂੰ ਜਚੇ ਉਹ ਵੀਰ ਕਾਲ ਕਰ ਸਕਦਾ। ਨੰਬਰ ਸਕਰੀਨ ਉੱਤੇ ਲਗਾਤਾਰ ਹੀ ਚੱਲੀ ਜਾਂਦਾ ਰਹਿੰਦਾ, ਉੱਤੇ ਤੁਸੀਂ ਸੰਪਰਕ ਕਰਨਾ ਹੁੰਦਾ। ਬਾਕੀ ਪਸ਼ੂ ਨੂੰ ਹਰੇਕ ਪੱਖ ਤੋਂ ਦੇਖਣਾ ਉਹ ਤੁਹਾਡਾ ਕੰਮ ਹੁੰਦਾ, ਆ ਕੇ ਦੇਖਿਆ ਕਰੋ, ਜਾਂਚ ਪਰਖ ਕਰਿਆ ਕਰੋ ਪਸ਼ੂ ਖਰੀਦਣ ਲੱਗਿਆਂ, ਕਿਉਂਕਿ ਤੁਸੀਂ ਜਿਹੜਾ ਉਹ ਚੰਗੀ ਰਕਮ ਲੱਗਦੀ ਅੱਜ ਦੇ ਟਾਈਮ 'ਚ, ਪਰ ਪਸ਼ੂ ਜਿਹੜਾ ਉਹ ਚੰਗਾ ਤਸੱਲੀ ਦੇ ਨਾਲ ਖਰੀਦ ਸਕਦੇ ਹੁੰਦੇ ਆ। ਅੱਜ ਦੀ ਵੀਡੀਓ ਦਾ ਇੱਕ ਹੀ ਨਾਗ ਵਿਕਾਊ ਸੀ। ਧੰਨਵਾਦ ਦੱਸੋ ਇਸ ਵੀਡੀਓ ਨੂੰ ਦੇਖਣ ਲਈ।